आगे ਮੈਂ ਹਾਂ ਸੰਦੀਪ ਚੌਧਰੀ, ਮੈਂ ਤੁਹਾਡਾ ਸਵਾਗਤ ਕਰਦਾ ਹਾਂ ਨਿਊਜ਼ 89 ਪੰਜਾਬ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ। ਅੱਜ ਬੜੀ ਖੁਸ਼ੀ ਦਾ ਦਿਨ ਹੈ ਰਾਜਪੁਰਾ ਦੇ ਰੋਟਰੀ ਕਲੱਬ ਦੇ ਵਿੱਚ, ਜਿਹੜਾ ਮੈਗਾ ਸਪੋਰਟਸ ਵੀਕ ਦਾ ਆਯੋਜਨ ਕੀਤਾ ਗਿਆ ਅਤੇ ਉਹ ਅੱਜ ਜਿਹੜਾ ਉਹਦਾ ਆਗਾਜ਼ ਹੋਣ ਜਾ ਰਿਹਾ ਰੋਟਰੀ ਕਲੱਬ ਦੇ ਵਿੱਚ, ਗੇਮ ਸਟਾਰਟ ਹੋ ਰਹੀ ਹੈ ਅਤੇ ਸਾਡੇ ਨਾਲ ਇਸ ਟਾਈਮ ਆਪਾਂ ਰੋਟਰੀ ਕਲੱਬ ਦੇ ਵਿੱਚ ਖੜ੍ਹੇ ਹਾਂ। ਤੁਸੀਂ ਲਾਈਵ ਦੇਖ ਰਹੇ ਹੋ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਜਿਹੜੇ ਬੱਚੇ ਦੇਖ ਰਹੇ ਹੈ, ਜਿਹੜੇ ਹੋਰ ਬੱਚਿਆਂ ਦੇ ਪੇਰੈਂਟਸ ਦੇਖ ਰਹੇ, ਉਹਨਾਂ ਦਾ ਹੌਸਲਾ ਵਧੇ ਅਤੇ ਆਪਣੇ ਬੱਚਿਆਂ ਨੂੰ ਜਿਹੜਾ ਹੈ ਇਸ ਮੈਗਾ ਸਪੋਰਟਸ ਦੇ ਵਿੱਚ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਭਾਗ ਲੈਣ ਵਾਸਤੇ ਉਤਸ਼ਾਹਿਤ ਕਰਨ। ਸਾਡੇ ਨਾਲ ਮੌਜੂਦ ਹੈ ਇਸ ਟਾਈਮ ਰਕੇਸ਼ ਮਹਿਤਾ ਜੀ। ਰਕੇਸ਼ ਮਹਿਤਾ ਜੀ, ਕੀ ਪ੍ਰੋਗਰਾਮ ਹੈ ਅੱਜ, ਥੋੜ੍ਹੀ ਜਾਣਕਾਰੀ ਦਿਓ। ਇੰਨੇ ਸਾਡੇ ਚੀਫ ਗੈਸਟ ਆਉਂਦੇ ਆ ਅੱਜ, ਅਸੀਂ ਮੈਗਾ ਸਪੋਰਟਸ ਵੀਕ ਜਿਹੜਾ ਹੈ ਉਹਦਾ ਅਸੀਂ ਆਗਾਜ਼ ਕਰਨ ਚਾਹ ਰਹੇ ਹਾਂ। ਸਾਡੇ ਚੀਫ ਗੈਸਟ ਜਿਹੜੇ ਹੈ ਅਤੇ ਉਹ ਹੁਣੇ ਇੱਕ ਦੋ ਮਿੰਟ ਦੇ ਵਿੱਚ ਜਿਹੜੇ ਹੈ ਮਨੋਜ ਕੁਮਾਰ ਜਿਹੜੇ ਹੈ ਬੌਕਸਰ ਜਿਹੜੇ ਹੈ ਉਹ ਸਾਡੇ ਵਿੱਚ ਹੁਣ ਤੁਹਾਡੇ ਸਾਰਿਆਂ ਦੇ ਵਿੱਚ ਰੂਬਰੂ ਹੋਣਗੇ। ਕੀ ਕੀ ਸੁਨੇਹਾ ਦੇਣਾ ਚਾਹੋਗੇ ਇਸ ਮੈਗਾ ਸਪੋਰਟਸ ਜਿਹੜਾ ਬਣਾਇਆ ਜਾ ਰਿਹਾ ਨਿਊਜ਼ 89 'ਤੇ ਲਾਈਵ ਦਿਖਾਇਆ ਜਾਏਗਾ, ਕੀ ਸੁਨੇਹਾ ਦੇਣਾ ਚਾਹੋਗੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ? ਮੈਂ ਤਾਂ ਸਾਰੇ ਬੱਚਿਆਂ ਨੂੰ ਕਹਿੰਦਾ ਕਿ ਉਹ ਗੇਮਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈ ਪਾਰਟੀਸਪੇਟ ਕਰਨ। ਪੜ੍ਹਾਈ ਦੇ ਨਾਲ ਨਾਲ ਆਪਾਂ ਨੂੰ ਗੇਮਾਂ ਦੇ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਹੈ, ਕਿਉਂਕਿ ਗੇਮਾਂ ਕਰਕੇ ਹੀ ਜਿਹੜਾ ਹੈ ਕਾਫੀ ਸਾਰੇ ਬੱਚੇ, ਕਾਫੀ ਸਾਰੇ ਇੰਨੇ ਲੋਕਾਂ ਨੇ ਤਰੱਕੀ ਕਰੀ ਹੈ ਜਿਨ੍ਹਾਂ ਦਾ ਨਾਮ ਅੱਜ ਪੂਰੇ ਵਰਲਡ ਦੇ ਵਿੱਚ ਹੈ। ਵੈਸੇ ਤਾਂ ਲੋਕਾਂ ਨੂੰ ਗੇਮਸ ਬਾਰੇ ਪਤਾ ਲੱਗ ਗਿਆ, ਫਿਰ ਵੀ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਈਏ ਵੀ ਕਿਹੜੀ ਕਿਹੜੀ ਗੇਮਸ ਆਪਾਂ ਇਸ ਮੈਗਾ ਸਪੋਰਟਸ ਦੇ ਵਿੱਚ ਰੱਖੀ ਹੈ। ਅਸੀਂ ਇਹ ਸਾਰੀਆਂ ਇਨਡੋਰ ਗੇਮਾਂ ਰੱਖੀਆਂ, ਬੈਡਮਿੰਟਨ, ਚੈੱਸ, ਕੈਰਮ ਬੋਰਡ ਔਰ ਟੇਬਲ ਟੈਨਿਸ। ਇਸ ਤੋਂ ਇਲਾਵਾ ਅਸੀਂ ਇਸ ਸਾਲ ਜਿਹੜਾ ਹੈ ਨਵੀਂ ਅਸੀਂ ਇੱਕ ਉਹ ਕਰਾਇਆ ਹੈ ਡਾਂਸ ਕੰਪੀਟੀਸ਼ਨ ਨਾਲ ਕਰਾਇਆ, ਕਿਉਂਕਿ ਕਾਫੀ ਸਾਰੇ ਬੱਚਿਆਂ ਦੀ ਇਹ ਡਿਮਾਂਡ ਸੀ ਕਿ ਡਾਂਸ ਦਾ ਵੀ ਕੰਪੀਟੀਸ਼ਨ ਕਰਾਓ ਅਤੇ ਅਸੀਂ ਉਹ ਡਾਂਸ ਕੰਪੀਟੀਸ਼ਨ ਵੀ ਨਾਲ ਕਰਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸੀਗੇ ਰਕੇਸ਼ ਮਹਿਤਾ ਜੀ, ਆਪਾਂ ਫਿਰ ਇਹਨਾਂ ਕੋਲ ਦੁਬਾਰਾ ਤੋਂ ਆਵਾਂਗੇ। ਮੈਂ ਤੁਹਾਨੂੰ ਦਿਖਾ ਦਾਂ ਕਿ ਚੀਫ ਗੈਸਟ ਦਾ ਸਵਾਗਤ ਕਰਨ ਵਾਸਤੇ ਜਿਹੜੇ ਹੈਗੇ ਪੂਰੇ ਮੌਜੂਦ ਹੈ, ਜਿੱਥੇ ਕਿ ਇਹਦਾ ਆਗਾਜ਼ ਹੋਣਾ, ਸਪੋਰਟਸ ਵੀਕ ਦਾ ਆਗਾਜ਼ ਹੋਣਾ, ਜਿੱਥੇ ਰੀਬਨ ਤੁਸੀਂ ਦੇਖ ਪਾ ਰਹੇ ਹੋ ਮੇਰੇ ਪਿੱਛੇ, ਇਸ ਹਾਲ ਦੇ ਵਿੱਚ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ। ਕੀ ਪ੍ਰੇਜਾ ਜੀ, ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ ਇਸ ਪ੍ਰੋਗਰਾਮ ਨੂੰ ਲੈ ਕੇ, ਕਿੰਨਾ ਕੁਛ ਸਾਹ ਹੈ? ਚੋ ਸਾਹਿਬ, ਵੈਸੇ ਸਾਨੂੰ ਬਹੁਤ ਅੱਛੀ ਐਂਟਰੀ, ਸਾਨੂੰ ਅਸੀਂ ਇੰਨੀ ਵਿਸ਼ਵਾਸ ਵੀ ਨਹੀਂ ਹੋ ਰਿਹਾ ਸੀਗਾ ਵੀ ਇੰਨੀ ਅੱਛਾ ਸਾਨੂੰ ਰਿਸਪੋਂਸ ਮਿਲੂਗਾ। ਬਹੁਤ ਅੱਛਾ ਰਿਸਪੋਂਸ ਮਿਲਿਆ ਲੋਕਲ ਰਾਜਪੁਰੇ ਦੇ ਲੋਕਾਂ ਵੱਲੋਂ, ਉਹਨਾਂ ਦੇ ਬੱਚਿਆਂ ਵੱਲੋਂ, ਔਰ ਅਸੀਂ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਬਾਕੀ ਪ੍ਰੋਜੈਕਟਾਂ ਵਾਂਗ ਇਹ ਸਾਡਾ ਇਹ ਪ੍ਰੋਜੈਕਟ ਵੀ ਬਹੁਤ ਸਕਸੀਡ ਹੋਏਗਾ। ਠੀਕ, ਕਿਹੜੀ ਕਿਹੜੀ ਗੇਮਸ ਆਪਾਂ ਇਸ ਵਿੱਚ? ਬੇਸਿਕਲੀ ਇਹਦੇ ਵਿੱਚ ਸਰ 5 ਗੇਮਾਂ ਰੱਖੀ ਹੋਈਆਂ ਜਿਹੜੀ ਇਨਡੋਰਸ ਗੇਮ ਨੇ, ਉਹਦੇ ਵਿੱਚ ਟੇਬਲ ਟੈਨਿਸ, ਬੈਡਮਿੰਟਨ, ਚੈੱਸ, ਕੈਰਮ ਅਤੇ ਇੱਕ ਸਪੈਸ਼ਲ ਰੱਖਿਆ ਸੀਗਾ ਡਾਂਸ ਦਾ। ਡਾਂਸ ਦੇ ਵੀ ਸਰ ਉਹਦੇ 'ਚ ਮੁਕਾਬਲੇ ਕਰਾਏ ਜਾਣਗੇ। ਫਾਈਨਲ ਜਿਹੜਾ ਹੈਗਾ ਸੈਮੀਫਾਈਨਲ ਔਰ ਫਾਈਨਲ ਜਿਹੜਾ ਹੈਗਾ ਉਹ DPS ਰਾਜਪੁਰਾ ਵਿੱਚ ਹੋਣਗੇ, ਬਾਕੀ ਸਾਰੇ ਮੁਕਾਬਲੇ ਜਿਹੜੇ ਹੈਗੇ ਰਾਜਪੁਰਾ ਦੇ ਵਿੱਚ ਹੋਣਗੇ। ਤੇ ਚੀਫ ਗੈਸਟ ਬਾਰੇ ਥੋੜੀ ਜਿਹੀ ਜਾਣਕਾਰੀ ਦਿਓਗੇ? ਚੀਫ ਗੈਸਟ ਦੇਖੋ ਬਹੁਤ ਸਾਡੇ ਵਾਸਤੇ ਮਾਣ ਦੀ ਗੱਲ ਹੈ। ਬੌਕਸਰ ਹੈਗੇ ਓਲੰਪੀਅਨ ਗੇਮ 2010 ਦੇ ਵਿੱਚ ਗੋਲਡ ਮੈਡਲਿਸਟ ਸੀਗੇ, ਅਤੇ ਸਾਡੇ ਵਾਸਤੇ ਰਾਜਪੁਰ ਵਾਸਤੇ ਬਹੁਤ ਅੱਛੀ ਮਾਣ ਦੀ ਗੱਲ ਹੈ ਵੀ ਰੋਟਰੀ ਕਲੱਬ ਦੇ ਵਿੱਚ ਇੱਦਾਂ ਦਾ ਯੂਥ ਆਈਕੋਨ ਜਿਹੜਾ ਹੈਗਾ ਉਹ ਆ ਰਿਹਾ ਹੈਗਾ। ਸਾਡੇ ਨਾਲ ਇਸ ਟਾਈਮ ਦਇਆ ਸਿੰਘ PR ਹੈ ਰੋਟਰੀ ਕਲੱਬ ਦੇ, ਉਹ ਵੀ ਜੁੜੇ ਹੈ। ਕਿਸ ਤਰ੍ਹਾਂ ਦਾ ਉਤਸ਼ਾਹ ਹੈ ਜੀ ਅੱਜ ਰੋਟਰੀ ਕਲੱਬ ਦੇ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ? ਰਾਜਪੁਰਾ ਦੇ ਵਿੱਚ ਜਿੰਨੇ ਵੀ ਸਕੂਲੀ ਬੱਚੇ ਨੇ, ਕਿਉਂਕਿ ਲੋਕਡਾਊਨ ਹੋਣ ਕਰਕੇ ਘਰਾਂ ਵਿੱਚ ਬੰਦ ਸੀਗੇ, ਜਦੋਂ ਇਹ ਪ੍ਰੋਗਰਾਮ ਬਾਰੇ ਪਤਾ ਲੱਗਾ ਵੀ ਰਕੇਸ਼ ਮਹਿਤਾ ਜੀ ਜਿਹੜੇ ਪ੍ਰਧਾਨ ਨੇ ਰੋਟਰੀ ਕਲੱਬ ਦੇ, ਉਹ ਪ੍ਰੋਗਰਾਮ ਕਰਵਾ ਰਹੇ ਨੇ, ਅਤੇ ਕਾਫੀ ਬੱਚਿਆਂ 'ਚ ਜਿਹੜਾ ਉਤਸ਼ਾਹ ਪਾਇਆ ਗਿਆ, ਜਿੱਥੇ ਅੱਜ ਦੇਖਣ ਨੂੰ ਮਿਲ ਰਿਹਾ ਕਿ ਬੱਚੇ, ਕਿਉਂਕਿ ਲੋਕਡਾਊਨ ਹੁਣ ਘਰਾਂ ਦੇ ਵਿੱਚ ਬੰਦ ਸਨ, ਅੱਜ ਉਹ ਬਾਹਰ ਨਿਕਲੇ ਨੇ ਔਰ ਇੱਥੇ ਉਤਸ਼ਾਹ ਹੈ ਬੱਚਿਆਂ ਦੇ ਵਿੱਚ, ਅਸੀਂ ਖੇਡਾਂ ਵਿੱਚ ਭਾਗ ਲੈ ਰਹੇ ਹਾਂ ਔਰ ਸਾਡੇ ਅੱਜ ਜਿਹੜੇ ਤਹਿਸੀਲਦਾਰ ਸਾਹਿਬ ਵੀ ਆਏ ਨੇ, ਉਹ ਸਾਰਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਹੈ।
ਠੀਕ ਹੈ ਜੀ। ਇਹ ਸੀਗੇ ਪੀ ਆਰ ਓ ਦਿਆ ਸਿੰਘ ਜੀ ਨਾਲ ਆਪਾਂ ਗੱਲ ਕਰ ਰਹੇ ਸੀ, ਮਹਿਤਾ ਸਾਹਿਬ ਨਾਲ ਗੱਲ ਕੀਤੀ। ਆਪਾਂ ਕੋਸ਼ਿਸ਼ ਕਰਾਂਗੇ ਤਹਿਸੀਲਦਾਰ ਸਾਹਿਬ ਨਾਲ ਗੱਲ ਕਰਨ ਵਾਸਤੇ, ਅਤੇ ਮੈਂ ਤੁਹਾਨੂੰ ਦਿਖਾਵਾਂਗਾ ਬੱਚਿਆਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਇੱਥੇ ਜਿਹੜਾ ਇਹ ਹਾਲ ਹੈ ਰੋਟਰੀ ਕਲੱਬ ਦਾ, ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜ਼ਿਆਦਾ ਤੋਂ ਜ਼ਿਆਦਾ ਲੋਕ ਸਾਡੇ ਨਾਲ ਜੁੜ ਸਕਣ ਨਿਊਜ਼ 89 ਪੰਜਾਬ ਦੇ ਨਾਲ। ਅਤੇ ਜਿਵੇਂ ਕਿ ਤੁਹਾਡੇ ਸਾਹਮਣੇ ਹੈ ਕਿ ਚੀਫ ਗੈਸਟ ਜਿਹੜੇ ਹੈਗੇ ਉਹ ਸਾਡੇ ਨਾਲ ਉਰੇ ਜਿਹੜੇ ਹੈ ਮੌਜੂਦ ਹੋ ਚੁੱਕੇ ਹੈ ਅਤੇ ਪਹੁੰਚ ਚੁੱਕੇ ਹੈ। ਉਹਨਾਂ ਦਾ ਜਿਹੜਾ ਹੈ ਸਵਾਗਤ ਕਰਾਂਗੇ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਬੱਚਿਆਂ 'ਚ ਕਾਫੀ ਉਤਸ਼ਾਹ ਆ ਸਕੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਨੋਜ ਕੁਮਾਰ ਜਿਹੜੇ ਚੀਫ ਗੈਸਟ ਹੈਗੇ ਓਲੰਪੀਆ ਬੋਕਸਰ ਹੈਗੇ ਉਹ ਰੋਟਰੀਅਨ ਜਿਹੜੇ ਮੈਂਬਰਸ ਹੈਗੇ ਉਹਨਾਂ ਨਾਲ ਮਿਲ ਰਹੇ ਹਨ, ਨਾਲ ਤਹਿਸੀਲਦਾਰ ਸਾਹਿਬ ਮੌਜੂਦ ਹੈ। ਤੁਸੀਂ ਦੇਖ ਪਾ ਰਹੇ ਹੋ ਮੁੱਖ ਮਹਿਮਾਨ ਜਿਹੜੇ ਬੋਕਸਰ ਹੈਗੇ ਮਨੋਜ ਕੁਮਾਰ ਜੀ ਦਾ ਉਰੇ ਸਵਾਗਤ ਕੀਤਾ ਜਾ ਰਿਹਾ। ਅੱਜ ਸਪੋਰਟਸ ਮੈਗਾ ਸਪੋਰਟਸ ਵੀਕ ਦਾ ਆਗਾਜ਼ ਜਿਹੜਾ ਰੋਟਰੀ ਕਲੱਬ ਤੋਂ ਕੀਤਾ ਜਾ ਰਿਹਾ। ਤੁਸੀਂ ਦੇਖ ਪਾ ਰਹੇ ਹੋ ਲਾਈਵ ਤਸਵੀਰਾਂ ਨਿਊਜ਼ 89 ਪੰਜਾਬ 'ਤੇ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਮੈਂ ਤੁਹਾਨੂੰ ਸੰਦੀਪ ਚੌਧਰੀ ਪੂਰੀ ਲਾਈਵ ਤਸਵੀਰਾਂ ਦਿਖਾ ਰਿਹਾ ਰੋਟਰੀ ਕਲੱਬ ਤੋਂ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਅੱਜ, ਨਾਲ ਤਹਿਸੀਲਦਾਰ ਸਾਹਿਬ ਮੌਜੂਦ ਹੈ, ਰੋਟਰੀ ਕਲੱਬ ਦੇ ਪ੍ਰਧਾਨ ਐਡਵੋਕੇਟ ਰਕੇਸ਼ ਮਹਿਤਾ ਜੀ, ਮਨੋਜ ਕੁਮਾਰ ਜੀ ਅਤੇ ਮਨੋਹਰ ਕੁਮਾਰ ਜੀ ਜਿਹਨਾਂ ਨੂੰ ਪੈਸੇ ਲੈ ਕੇ ਮੰਚ ਲੈ ਗਏ। ਮੰਚ 'ਤੇ ਲੈ ਕੇ ਜਾਇਆ ਜਾ ਰਿਹਾ ਚੀਫ ਗੈਸਟ ਜਿਹੜੇ ਮਨੋਜ ਕੁਮਾਰ ਜੀ ਬੋਕਸਰ। ਮੈਗਾ ਸਪੋਰਟਸ ਦੀ ਸ਼ੁਰੂਆਤ ਜਿਹੜੀ ਕੀਤੀ ਜਾਏਗੀ ਥੋੜ੍ਹੀ ਦੇਰ ਵਿੱਚ। ਡੀ ਪੀ ਐਸ ਸਕੂਲ ਦੇ ਪ੍ਰਿੰਸੀਪਲ ਮੈਡਮ ਬਿੰਦਰਾ ਜੀ, ਮੈਡਮ ਗੁਰਮੀਤ ਬਿੰਦਰਾ ਜੀ ਤੁਹਾਡੇ ਸਾਹਮਣੇ ਮੌਜੂਦ ਹੈ, ਡੀ ਪੀ ਐਸ ਸਕੂਲ ਦੇ ਪ੍ਰਿੰਸੀਪਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕੀਤਾ ਜਾ ਰਿਹਾ। ਥੋੜ੍ਹੀ ਪਿੱਛੇ ਰੋਟੇਰੀਅਨ ਜੋਗਿੰਦਰ ਬਾਸਾ ਜੀ, ਰੋਟੇਰੀਅਨ ਸੰਦੀਪ ਅਹੂਜਾ ਜੀ, ਰੋਟੇਰੀਅਨ ਰਵਿੰਦਰ ਸੇਠੀ ਜੀ,
ਮੰਚ ਤੇ ਸਾਰੇ ਵਿਰਾਜਮਾਨ ਹੋ ਚੁੱਕੇ ਹੋ, ਤੁਸੀਂ ਦੇਖ ਪਾ ਰਹੇ ਹੋ ਲਾਈਵ ਪ੍ਰੋਗਰਾਮ ਘਰ ਬੈਠੇ ਤੁਸੀਂ ਦੇਖ ਰਹੇ ਹੋ, ਰੋਟਰੀ ਕਲੱਬ ਤੋਂ ਲਾਈਵ ਚੱਲ ਰਿਹਾ ਨਿਊਜ਼ 89 ਪੰਜਾਬ ਦੇ ਵਿੱਚ, ਤੇ ਤੁਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਘਰ ਦੇਖ ਰਹੇ ਬੱਚਿਆਂ ਦਾ ਹੌਸਲਾ ਵੱਧ ਸਕੇ। ਸਾਰਿਆਂ ਨੂੰ ਰਿਕੁਐਸਟ ਹੈ ਕਾਇਲੀ ਆਪਣੀ ਆਪਣੀ ਸੀਟ ਤੇ ਵਿਰਾਜਮਾਨ ਹੋ। ਆਈ ਰਿਕੁਐਸਟ ਦੀ ਪ੍ਰੈਜ਼ੀਡੈਂਟ ਟੂ ਕੋਲ ਦ ਮੀਟਿੰਗ। ਪਲੀਜ਼ ਸਟੈਂਡ ਅਪ ਫਾਰ ਦ ਨੈਸ਼ਨਲ ਐਂਥਮ।
ਮੈਂ ਤੁਹਾਡੇ ਸੰਦੀਪ ਚੌਧਰੀ ਜੀ ਨੂੰ ਰਿਕੁਐਸਟ ਕਰੂੰਗਾ ਫਲਾਵਰ ਨੂੰ ਕਿ ਸਾਡੇ ਤਹਿਸੀਲਦਾਰ ਸਾਹਿਬ ਨੂੰ ਵੀ ਦੇ ਕੇ ਸਨਮਾਨ ਤੁਸੀਂ ਦੇਖ ਪਾ ਰਹੇ ਹੋ ਬਾਕਸਰ ਮਨੋਜ ਕੁਮਾਰ ਅਤੇ ਰੋਟਰੀ ਕਲੱਬ ਦੇ ਜਿਹੜੇ ਪ੍ਰਧਾਨ ਐਡਵੋਕੇਟ ਰਕੇਸ਼ ਮਹਿਤਾ ਜੀ ਨੇ ਇਸ ਮੈਗਾ ਸਪੋਰਟਸ ਵੀਕ ਦੀ ਸ਼ੁਰੂਆਤ ਕੀਤੀ ਹੈ। ਤੁਸੀਂ ਦੇਖ ਪਾ ਰਹੇ ਹੋ ਤਹਿਸੀਲਦਾਰ ਸਾਹਿਬ ਵੀ, ਤਹਿਸੀਲਦਾਰ ਰਾਜਪੁਰਾ, ਲਾਈਵ ਤਸਵੀਰਾਂ ਦੇਖ ਪਾ ਰਹੇ ਹੋ। ਤੁਸੀਂ ਦੇਖ ਪਾ ਰਹੇ ਹੋ ਤਹਿਸੀਲਦਾਰ ਸਾਹਿਬ ਮੈਗਾ ਸਪੋਰਟਸ ਦੀ ਸ਼ੁਰੂਆਤ ਕੀਤੀ ਗਈ, ਬੱਚਿਆਂ 'ਚ ਕਾਫੀ ਉਤਸ਼ਾਹ।
ਮੇਗਾ ਸਪੋਰਟਸ ਵੀਕ ਦੀ ਸ਼ੁਰੂਆਤ ਹੋ ਚੁੱਕੀ ਹੈ। ਆਪਾਂ ਗੱਲਬਾਤ ਕਰਾਂਗੇ ਤਹਿਸੀਲਦਾਰ ਸਾਹਿਬ ਨਾਲ। ਤਹਿਸੀਲਦਾਰ ਸਾਹਿਬ ਸਾਡੇ ਨਾਲ ਮੌਜੂਦ ਹੈ। ਤਹਿਸੀਲਦਾਰ ਸਾਹਿਬ, ਤੁਸੀਂ ਹੁਣੀ ਜਿਹੜਾ ਹੈ ਇੱਕ ਮਿੰਟ ਆਪਾਂ ਅੱਛਾ ਅੱਛਾ ਹਾਂਜੀ ਆਓ। ਤੁਸੀਂ ਦੇਖ ਰਹੇ ਸੀਗੇ ਹੁਣੀ ਤਹਿਸੀਲਦਾਰ ਸਾਹਿਬ ਨੇ ਮੇਗਾ ਸਪੋਰਟਸ ਵੀਕ ਦੀ ਸ਼ੁਰੂਆਤ ਕੀਤੀ ਹੈ। ਆਪ ਖੇਡ ਕੇ ਕੀਤੀ ਹੈ ਤੁਸੀਂ ਸ਼ੁਰੂਆਤ, ਕਿਵੇਂ ਦਾ ਤੁਹਾਨੂੰ ਲੱਗ ਰਿਹਾ? ਤੁਸੀਂ ਰਾਜਪੁਰੇ 'ਚ ਹੁਣੀ ਬਦਲ ਕੇ ਰਾਜਪੁਰੇ ਦੇ ਵਿੱਚ ਲੱਗੇ ਹੋ ਤਹਿਸੀਲਦਾਰ, ਕਿਵੇਂ ਦਾ ਮਾਹੌਲ ਲੱਗਿਆ ਤੁਹਾਨੂੰ ਅੱਜ ਰੋਟਰੀ ਕਲੱਬ ਆਉਣ ਦਾ ਮੌਕਾ ਮਿਲਿਆ, ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਹੀ ਹੈ? ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਰੋਟਰੀ ਕਲੱਬ ਵੱਲੋਂ ਸਪੋਰਟਸ ਈਵੈਂਟਸ ਦਾ ਆਯੋਜਨ ਕੀਤਾ ਗਿਆ, ਉਸ ਦੇ ਵਿੱਚ ਬੱਚਿਆਂ ਨੂੰ ਵੀ ਕਰੋਨਾ ਦੇ ਪ੍ਰਤੀ ਜੋ ਜਾਗਰਤ ਹੋਣ ਤੋਂ ਉਪਰੰਤ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਪ੍ਰੇਰਿਤ ਕੀਤਾ ਰੋਟਰੀ ਕਲੱਬ ਨੂੰ। ਮੈਂ ਤਾਂ ਬਹੁਤ ਬਹੁਤ ਧੰਨਵਾਦ। ਖੇਡ ਕੇ ਸਾਹ ਚੜ ਗਿਆ ਮਜ਼ਾ ਉਹਨਾਂ ਕਰੋਨਾ ਕਰਕੇ ਇੱਕ ਥੋੜ੍ਹੀ ਪ੍ਰੋਬਲਮ ਜੇ ਹੈਗੀ ਆ ਵੀਕਨੈਸ ਦੀ, ਪਰ ਮਜ਼ਾ ਬਹੁਤ ਆਇਆ। ਠੀਕ ਹੈ ਜੀ, ਧੰਨਵਾਦ ਜੀ। ਇਹ ਸੀਗੇ ਤਹਿਸੀਲਦਾਰ ਸਾਹਿਬ। ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਮੁੱਖ ਮਹਿਮਾਨ ਹੈਗੇ ਉਹਨਾਂ ਨਾਲ ਗੱਲ ਕਰਨ ਦੀ। ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਰੋਟਰੀ ਕਲੱਬ ਤੋਂ। ਸਾਡੇ ਨਾਲ ਇਸ ਟਾਈਮ ਜਿਹੜੇ ਇਸ ਸਪੋਰਟਸ ਵੀਕ ਨੂੰ ਸਪੋਰਟਸ ਮੈਗਾ ਵੀਕ ਨੂੰ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਨਾਲ ਜੁੜੇ ਹੈ, ਅਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਕਾਲੋ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜਾ ਸਪੋਰਟਸ ਵੀਕ ਅੱਜ ਆਪਾਂ ਉਹਦੇ ਸ਼ੁਰੂ? ਅੱਜ ਰੋਟਰੀ ਕਲੱਬ ਵੱਲੋਂ ਰਾਜਪੁਰਾ ਵਿਖੇ ਜਿਹੜਾ ਸਪੋਰਟਸ ਵੀਕ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰਧਾਨ ਜੀ ਔਰ ਸੈਕਟਰੀ ਸਾਹਿਬ ਦੀ ਅਧਿਕਸ਼ਾ 'ਚ, ਔਰ ਬੜਾ ਅੱਛਾ ਲੱਗਿਆ। ਅੱਜ ਓਲੰਪੀਅਨ ਮਨੋਜ ਕੁਮਾਰ ਜੋ ਕਾਮਨਵੈਲਥ ਗੇਮਸ ਗੋਲਡ ਮੈਡਲਿਸਟ ਨੇ ਔਰ 2 ਟਾਈਮ ਓਲੰਪੀਅਨ ਨੇ ਔਰ 3 ਟਾਈਮ ਏਸ਼ੀਅਨ ਗੇਮਸ ਰੀਪ੍ਰਜੈਂਟ ਬਾਈ ਕੰਟਰੀ, ਔਰ 2014 ਦਾ ਅਰਜੁਨਾ ਅਵਾਰਡ ਜਿਹੜਾ ਮਿਨਿਸਟਰੀ ਆਫ ਸਪੋਰਟਸ ਗਵਰਨਮੈਂਟ ਆਫ ਇੰਡੀਆ ਵੱਲੋਂ ਦਿੱਤਾ ਜਾਂਦਾ, ਔਰ ਇਹਨਾਂ ਦਾ ਜਿਹੜਾ ਸਪੋਰਟਸ ਕੈਰੀਅਰ ਹੈ ਬੜਾ ਜ਼ਬਰਦਸਤ ਰਿਹਾ, ਔਰ ਇਹਨਾਂ ਨੇ ਬਹੁਤ ਸਾਰੇ ਤਗਮੇ ਜਿਹੜੇ ਨੇ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦਵਾਏ ਨੇ। ਸੋ ਅਸੀਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝ ਰਹੇ ਹਾਂ, ਬੜਾ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅੱਜ ਸਪੈਸ਼ਲ ਤੌਰ 'ਤੇ ਸਾਡੇ ਜਿਹੜੇ ਓਲੰਪੀਅਨ ਮਨੋਜ ਕੁਮਾਰ ਜੀ ਨੇ ਬੌਕਸਰ ਨੇ ਉਹ ਅੱਜ ਸਾਡੇ ਵਿਚਕਾਰ ਪਹੁੰਚੇ ਨੇ। ਸੋ ਇਹ ਰੋਟਰੀ ਪਰਿਵਾਰ ਲਈ ਔਰ ਨਾਲ ਦੀ ਨਾਲ ਰਾਜਪੁਰੇ ਲਈ, ਪਟਿਆਲਾ ਡਿਸਟ੍ਰਿਕਟ ਲਈ ਔਰ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੈ। ਤੁਹਾਨੂੰ ਕਿਵੇਂ ਲੱਗਦਾ ਹੈ ਕਿਸ ਤਰ੍ਹਾਂ ਦਾ ਰਹੇਗਾ ਪ੍ਰੋਗਰਾਮ? ਇਹ ਸ਼ੁਰੂਆਤ ਇੱਥੋਂ ਹੋਈ ਹੈ, ਇਹਨੂੰ ਆਪਾਂ ਜਦ ਸਮਾਪਤੀ ਕਰਾਂਗੇ ਤਾਂ DPS ਸਕੂਲ ਦਾ ਬੜਾ ਤਗੜਾ ਯੋਗਦਾਨ ਰਿਹਾ ਇਸ ਪ੍ਰੋਗਰਾਮ ਦੇ ਵਿੱਚ, ਇਹ ਜਿਹੜਾ ਸਮਾਂ ਹੈਗਾ ਵਿੱਚ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਕਿੰਨਾ ਕਾਮਯਾਬ ਹੋਏਗਾ ਆਪਣਾ ਪ੍ਰੋਗਰਾਮ? ਦੇਖੋ ਜੀ, ਇਹਦੇ 'ਚ ਕੋਈ ਦੋਰਾਏ ਨਹੀਂ ਹੈਗੀ, ਜਦੋਂ ਸਕੂਲ ਆਪ ਮੁਹਾਰੇ ਹੋ ਕੇ ਖੇਡਾਂ ਦੇ ਪ੍ਰਤੀ ਜਾਗਰੂਕ ਹੋ ਜਾਣ, ਜਿੱਦਾਂ DPS ਦੇ ਪ੍ਰਿੰਸੀਪਲ ਮੈਮ ਬੈਠੇ ਨੇ ਸਾਡੇ ਵਿਚਕਾਰ, ਇਹਨਾਂ ਨੇ ਪਰਸਨਲ ਇਨੀਸ਼ੀਏਟਿਵ ਲੈ ਕੇ ਰੋਟਰੀ ਨਾਲ ਕਲੱਬ ਕਰਕੇ ਇੱਕ ਸਪੋਰਟਸ ਦਾ ਇਵੈਂਟ ਸ਼ੁਰੂ ਕੀਤਾ, ਇਹਦੇ ਨਾਲ ਜਿੱਥੇ ਬੱਚਿਆਂ ਤੁਸੀਂ ਦੇਖਿਆ ਹੋਗਾ ਕਿ ਬੱਚੇ ਬੜੇ ਉਤਸ਼ਾਹਿਤ ਨੇ ਖੇਡਾਂ ਪ੍ਰਤੀ, ਔਰ ਜਦੋਂ ਸਕੂਲ ਦੀ ਸਪੋਰਟ ਹੋ ਜਾਵੇਗੀ ਨਾਲ ਰੋਟਰੀ ਸਮਾਜ ਸੇਵੀ ਸੰਸਥਾ ਜਦੋਂ ਸਪੋਰਟ ਕਰਨਗੀਆਂ ਤਾਂ ਡੈਫੀਨੇਟਲੀ ਆ ਕਿ ਪੰਜਾਬ ਖੇਡਾਂ ਦੇ ਵਿੱਚ ਔਰ ਭਾਰਤ ਖੇਡਾਂ ਦੇ ਵਿੱਚ ਜ਼ਰੂਰ ਮੱਲਾਂ ਮਾਰੇਗਾ। ਧੰਨਵਾਦ ਜੀ। ਕਾਲੋ ਸਾਹਿਬ ਨਾਲ ਆਪਾਂ ਗੱਲ ਕਰਾ ਰਹੇ ਸੀ, ਪ੍ਰੋਗਰਾਮ ਚੱਲਦਾ ਰਹੇਗਾ, ਅਤੇ ਆਪਾਂ ਇੱਕ ਇੱਕ ਕਰਕੇ ਜਿਹੜੇ ਹੈ ਤੁਹਾਨੂੰ ਸਾਰੇ ਮਹਿਮਾਨਾਂ ਨਾਲ ਮਿਲਵਾਵਾਂਗੇ, ਗੱਲਬਾਤ ਕਰਾਵਾਂਗੇ ਉਹਨਾਂ ਨਾਲ। ਅਤੇ ਤੁਸੀਂ ਦੇਖ ਰਹੇ ਹੋ ਰੋਟਰੀ ਕਲੱਬ ਦੇ ਵਿੱਚ ਮੈਗਾ ਸਪੋਰਟਸ ਵੀਕ ਜਿਹੜਾ ਮਨਾਇਆ ਜਾ ਰਿਹਾ।
ਮੈਂ ਹੁਣ ਰਿਕੁਐਸਟ ਕਰਾਂਗਾ ਜਗਦੀਪ ਸਿੰਘ ਢਾਲੋ ਜੀ ਨੂੰ, ਜਿਹੜੇ ਖੁਦ ਵੀ ਇੱਕ ਸਪੋਰਟਸ ਪਰਸਨੈਲਿਟੀ ਨੇ, ਸਾਡੇ ਜਿਹੜੇ ਅੱਜ ਦੇ ਚੀਫ ਗੈਸਟ ਨੇ, ਮਨੋਜ ਕੁਮਾਰ ਜੀ ਬਾਰੇ ਇਸ਼ਾਰ ਵਿੱਚ ਦੋ ਸ਼ਬਦ ਕਹਿਣਾ। Respected President, Duty ka Bajra Sekhri Sahib, jo stage nu sambhal rahe ne, aur sade Rotary de is parivar de sare samman yog chita, aur vishesh taur te sade vichar Olympian Bhagwan jo two time ਓਲੰਪਿਕਸ ਰੀਪ੍ਰਜੈਂਟ ਕਰਿਆ ਕੰਟਰੀ ਨੂੰ, ਥ੍ਰੀ ਟਾਈਮ ਏਸ਼ੀਅਨ ਗੇਮਸ ਔਰ 2010 ਕਾਮਨਵੈਲਥ ਗੇਮ ਦੇ ਗੋਲਡ ਮੈਡਲਿਸਟ ਹੋਏ, ਔਰ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਸਪੋਰਟਸ ਕੈਰੀਅਰ ਹੈ ਬਹੁਤ ਲੰਬਾ, ਇਹਨਾਂ ਦਾ ਕੈਰੀਅਰ ਹੈ, ਉਹਨਾਂ ਨੇ ਬਹੁਤ ਅਚੀਵਮੈਂਟਸ ਕੀਤੀਆਂ ਨੇ। ਮੈਂ ਬਰੀਫ ਵਿੱਚ ਮਨੋਜ ਜੀ ਬਾਰੇ ਜ਼ਰੂਰ ਦੱਸਣਾ ਚਾਹੂੰਗਾ। ਓਲੰਪੀਅਨ ਮਨੋਜ ਕੁਮਾਰ, ਜਿੱਦਾਂ ਮੈਂ ਦੱਸਿਆ ਕਿ ਦੋ ਵਾਰ ਓਲੰਪਿਕ ਰੀਪ੍ਰਜੈਂਟ ਕਰ ਚੁੱਕੇ ਨੇ, 2008 ਔਰ 2016, 2012 ਔਰ 2016। ਉਸ ਤੋਂ ਇਲਾਵਾ 2010 ਕਾਮਨਵੈਲਥ ਗੇਮ ਇੰਡੀਆ ਵਿੱਚ ਹੋਈਆਂ, ਉਹਦੇ 'ਚ ਇਹਨਾਂ ਨੇ ਸੋਨ ਤਗਮਾ ਜਿੱਤਿਆ, ਔਰ 3 ਵਾਰ ਜਿਹੜੀਆਂ ਸਾਡੀਆਂ ਏਸ਼ੀਆਈ ਖੇਡਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਇਹਨਾਂ ਨੇ ਇਸ ਦੇਸ਼ ਦਾ ਝੰਡਾ ਜਿਹੜਾ ਉਹ ਸਾਡੀ ਪੂਰੀ ਦੁਨੀਆ ਦੇ ਵਿੱਚ ਲਹਿਰਾਇਆ। ਇਸ ਤੋਂ ਇਲਾਵਾ 5 ਵਰਲਡ ਚੈਂਪੀਅਨਸ਼ਿਪ ਦੇ ਵਿੱਚ ਇਹਨਾਂ ਨੇ ਸਾਡੇ ਦੇਸ਼ ਦਾ ਝੰਡਾ ਜਿਹੜਾ ਕੀਤਾ। ਉਸ ਤੋਂ ਇਲਾਵਾ ਓਲੰਪੀਅਨ ਮਨੋਜ ਕੁਮਾਰ ਨੇ 2016, ਔਰ ਉਸ ਤੋਂ ਇਲਾਵਾ ਜਿਹੜੀਆਂ ਸਾਊਥ ਏਸ਼ੀਅਨ ਗੇਮਸ ਉਹਦੇ ਹੀ ਗੋਲਡ ਮੈਡਲਿਸਟ ਨੇ, ਔਰ ਇਹਨਾਂ ਸਾਰੀਆਂ ਪਰਫੋਰਮੈਂਸ ਨੂੰ ਦੇਖਦੇ ਹੋਏ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੇ, ਮਿਨਿਸਟਰੀ ਆਫ ਸਪੋਰਟਸ, ਗਵਰਨਮੈਂਟ ਆਫ ਇੰਡੀਆ ਨੇ 2014 'ਚ ਅਰਜੁਨ ਅਵਾਰਡ, ਜੋ ਇੱਕ ਖਿਡਾਰੀ ਦੀ ਦਿਲੀ ਇੱਛਾ ਹੁੰਦੀ ਹੈ ਕਿ ਅਸੀਂ ਆਪਣੇ ਦੇਸ਼ ਲਈ, ਆਪਣੀ ਸਟੇਟ ਲਈ ਜਿਹੜਾ ਉਹ ਅਵਾਰਡ ਦਿੱਤੀ ਹੈ, ਔਰ ਇਹਨਾਂ ਨੇ ਉਹ ਹਾਸਲ ਕੀਤਾ ਹੈ। ਔਰ ਇਹਨਾਂ ਦਾ ਮੈਂ ਇੱਕ ਹੋਰ ਇੰਟਰਸਟਿੰਗ ਜ਼ਰੂਰ ਦੱਸਣਾ ਚਾਹੁੰਦਾ ਕਿ ਕੈਰੀਅਰ 'ਚ ਵੀ ਕਾਫੀ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਏ ਨੇ, ਜਿਹਨਾਂ ਤੋਂ ਇੱਕ ਪ੍ਰੋਗਰਾਮ ਜ਼ੋਰ ਦਾ ਜਟਕਾ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਇੰਡੀਅਨ ਟੈਲੀਵਿਜ਼ਨ ਅਵਾਰਡ ਮਿਲਿਆ। ਉਸ ਤੋਂ ਇਲਾਵਾ 2010 ਸਟਾਰ ਸਪੋਰਟਸ ਐਕਸੀਲੈਂਸੀ ਸਪੋਰਟਸ ਦਾ ਅਵਾਰਡ ਜਿਹੜਾ ਉਹ ਇਹਨਾਂ ਨੂੰ ਦਿੱਤਾ ਗਿਆ। ਔਰ ਤੁਸੀਂ ਸਾਰੇ ਜਾਣਦੇ ਹੋ ਕਿ ਕੌਣ ਬਣਿਆ ਕਰੋੜਪਤੀ, ਉਹਦੇ ਵਿੱਚ ਵੀ ਇੱਕ ਸਪੈਸ਼ਲ ਸਪੋਰਟਸਮੈਨ ਦਾ ਜਿਹੜਾ ਐਪੀਸੋਡ ਹੁੰਦਾ, ਉਹਦੇ ਵਿੱਚ ਵੀ ਓਲੰਪਿਕ ਮਨੋਜ ਕੁਮਾਰ ਨੂੰ ਉਸ ਹੌਟ ਸੀਟ ਨੂੰ ਕਹਿੰਦੇ ਆ, ਉਹਦੇ ਵਿੱਚ ਉਹਦੇ ਉੱਪਰ ਬਰਾਜਾ ਹੋਣ ਦਾ ਜੋ ਹੈ ਮਾਣ ਹਾਸਲ ਹੋਇਆ। ਔਰ ਇਸ ਤੋਂ ਇਲਾਵਾ ਜਿੱਥੇ ਓਲੰਪਿਕ ਮਨੋਜ ਕੁਮਾਰ ਦੀ ਖੇਡਾਂ ਪ੍ਰਤੀ ਪੂਰੇ ਆਪਣੀ ਤਨਦੇਹੀ ਨਾਲ ਇਸ ਦੇਸ਼ ਨੂੰ ਮੈਡਲ ਦਿੱਤੇ ਨੇ, ਇਹਨਾਂ ਦੇ ਕੁਰੂਕਸ਼ੇਤਰਾ ਦੇ ਵਿੱਚ ਇੱਕ ਬੋਕਸਿੰਗ ਅਕੈਡਮੀ ਚੱਲ ਰਹੀ ਹੈ, ਔਰ ਤੁਹਾਡੇ ਜਿਹੜੇ ਛੋਟੇ ਛੋਟੇ ਬੱਚੇ ਉਸ ਅਕੈਡਮੀ ਤੋਂ ਟ੍ਰੇਨਿੰਗ ਲੈ ਰਹੇ ਨੇ। ਔਰ ਖੁਸ਼ੀ ਦੀ ਗੱਲ ਇਹ ਹੈ ਕਿਉਂਕਿ ਮੈਂ ਆਪ ਮਹਾਰਾਜਾ ਰਣਜੀਤ ਸਿੰਘ ਮਾਝੀ ਹਾਂ ਔਰ ਅੰਤਰਰਾਸ਼ਟਰੀ ਸਪੋਰਟਸਮੈਨ ਹਾਂ, ਮੇਰੇ ਨਾਲ ਵੀ ਸਾਡੇ ਦੋ ਸਾਈਕਲਿੰਗ ਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਮਾਝੀ ਨਾਲ ਆਏ ਨੇ। ਔਰ ਜਦੋਂ ਤੁਸੀਂ ਆਪ ਗਰਾਊਂਡ 'ਚ ਜਾ ਕੇ ਟ੍ਰੇਨਿੰਗ ਕਰਾਉਂਦੇ ਹੋ, ਉਹਦਾ ਇੱਕ ਅਲੱਗ ਹੀ ਉਹਦਾ ਜਿਹੜਾ ਸੁਨਹਿਰੀ ਹੁੰਦਾ। ਔਰ ਓਲੰਪਿਕ ਮਨੋਜ ਕੁਮਾਰ ਜੀ ਤੁਸੀਂ ਜਿਹੜਾ ਫੈਨ ਕੇ ਦੇਖੋਗੇ, ਇਹ ਆਪਣੀ ਟ੍ਰੇਨਿੰਗ ਤੋਂ ਇਲਾਵਾ ਬੱਚਿਆਂ ਨੂੰ ਵੀ ਆਪ ਟ੍ਰੇਨ ਕਰਾਉਂਦੇ ਨੇ, ਜਿਹੜੇ ਤੁਹਾਡੇ ਲਈ ਛੋਟੇ ਛੋਟੇ ਬੱਚੇ ਬੈਠੇ ਨੇ, 6-6, 7-7, 8-8, 10-10 ਸਾਲਾਂ ਦੇ ਬੱਚੇ, ਉਹਨਾਂ ਨੂੰ ਆਪ ਜਿਹੜਾ ਆਪਣਾ ਬੋਕਸਿੰਗ ਦਾ ਦਮ ਦਾ ਮੈਦਾਨ ਹੁੰਦੇ, ਕਿਉਂਕਿ ਬੋਕਸਿੰਗ ਬੜੀ ਟੈਕਨੀਕਲ ਗੇਮ ਹੈ। ਔਰ ਜਦੋਂ ਅਸੀਂ ਗਰਾਸ ਰੂਟ 'ਤੇ ਆਪਣੀ ਕਲੀਨਿੰਗ ਨੂੰ ਟੈਕਨੀਕਲ ਚੀਜ਼ਾਂ ਸਿਖਾਵਾਂਗੇ, ਤਾਂ ਡੈਫੀਨੇਟਲੀ ਹੈ ਕਿ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ
ਜਿਹੜੀਆਂ ਸਾਡੀਆਂ ਓਲੰਪਿਕ ਖੇਡਾਂ ਜਾਂ ਕੋਸ਼ਨ ਖੇਡਾਂ ਜਾਂ ਕਮਨਵੈਲਥ ਖੇਡਾਂ ਵਿੱਚ ਜਿਹੜਾ ਸਾਡਾ ਦੇਸ਼ ਦਾ ਝੰਡਾ ਜਿਹੜਾ ਬੁਲੰਦ ਹੋਣਾ ਚਾਹੀਦਾ, ਉਹਦੀ ਆਸ ਹੈ ਕਿ ਇਹਨਾਂ ਦੀ ਇਹ ਸੋਚ ਇਹਨਾਂ ਦੀ ਅਕੈਡਮੀ ਦੇ ਬੱਚੇ ਜਾਂ ਪੂਰੇ ਦੇਸ਼ ਦੇ ਵਿੱਚ ਜਿਹੜੇ ਅਕੈਡਮੀ ਦੇ ਬੱਚੇ ਨੇ ਉਹ ਜ਼ਰੂਰ ਇਹ ਦੇਸ਼ ਲਈ ਮੈਡਲ ਲੈ ਕੇ ਆਉਣਗੇ। ਇਹਨਾਂ ਦਾ ਸਮਾਜਿਕ ਤੌਰ 'ਤੇ ਵੀ, ਸਮਾਜਿਕ ਪੱਧਰ 'ਤੇ ਵੀ ਇਹਨਾਂ ਦਾ ਬਹੁਤ ਅੱਛਾ ਯੋਗਦਾਨ ਹੈ। ਮੈਂ ਇਹਨਾਂ ਦਾ ਪ੍ਰੋਫਾਈਲ ਵੀ ਪੜ੍ਹ ਰਿਹਾ ਸੀ, ਮੇਰਾ ਜ਼ਿਕਰ ਵੀ ਕਰ ਰਹੇ ਸੀ ਭਾਈ ਜੀ, ਵੀ ਸਪੈਸ਼ਲ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਲਈ ਵੀ ਇਹ ਬਹੁਤ ਕੰਮ ਕਰਦੇ ਨੇ। ਔਰ ਨਾਲ ਦੀ ਨਾਲ ਜਿਹੜੇ ਨਿੱਜੀ ਬੱਚੇ ਨੇ ਜਿਹਨਾਂ ਨੂੰ ਕੋਈ ਸਕੂਲ ਸਿਕਿਊਰਮੈਂਟ ਦੀ ਲੋੜ ਹੈ ਜਾਂ ਕੋਈ ਹੋਰ ਕਿਸੇ ਚੀਜ਼ ਦੀ ਲੋੜ ਹੈ, ਤਾਂ ਇਹ ਅੱਗੇ ਹੋ ਕੇ ਮਤਲਬ ਆਪਣੀ ਜਿਹੜੀ ਹੈ ਜੋ ਵੀ ਇਹਨਾਂ ਤੋਂ ਸੇਵਾ ਹੈ ਉਹ ਨਿਭਾਉਂਦੇ ਨੇ। ਸੋ ਅਸੀਂ ਰੋਟਰੀ ਕਲੱਬ ਵੱਲੋਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਅੱਜ ਸਾਡੇ ਵਿਚਕਾਰ ਇਸ ਮਹਾਨ ਪਲੇਅਰ ਦਾ, ਸਾਡਾ ਜਿਹੜਾ ਬੱਚਿਆਂ ਦਾ ਇੰਟਰੈਕਸ਼ਨ ਹੈ, ਸਾਡੇ ਨਜ਼ਰੀਏ ਨਾਲ ਜਿਹੜਾ ਇੰਟਰੈਕਸ਼ਨ ਹੈ ਉਹ ਆਉਣ ਵਾਲੇ ਸਮੇਂ 'ਚ ਇੱਕ ਚੰਗਾ ਜਿਹੜਾ ਮਾਰਗਦਰਸ਼ਨ ਤੈਅ ਕਰੇਗਾ। ਸੋ ਮੈਂ ਦੁਬਾਰਾ ਫਿਰ ਪ੍ਰਧਾਨ ਜੀ ਦਾ, DPS ਤੋਂ ਮੈਮ ਦਾ, ਉਸ ਤੋਂ ਇਲਾਵਾ ਸਾਡੇ ਸੈਕਟਰੀ ਸਾਹਿਬ ਦਾ, ਤਮਾਮ ਸਾਡੇ ਮੀਡੀਆ ਦੇ ਭਰਾ ਨੇ, ਇਹਨਾਂ ਦੇ ਡਿਊਜ਼ਰ ਦੇ ਮਾਧਿਅਮ ਵਾਲੀ ਪੂਰੇ ਦੇਸ਼ ਦੁਨੀਆ ਦੇ ਵਿੱਚ ਜਿਹੜਾ ਅੱਜ ਦਾ ਦਿਨ ਦੇਖਿਆ ਜਾਂਦਾ। ਸੋ ਮੈਂ ਆਪਣੇ ਵੱਲੋਂ ਬੱਚਿਆਂ ਨੂੰ ਵੀ ਔਰ ਸਾਰਿਆਂ ਦਾ ਇੱਥੇ ਆਏ ਅਤੇ ਬਹੁਤ ਬਹੁਤ ਧੰਨਵਾਦ ਕਰਦਾ, ਮਨੋਜ ਕੁਮਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ, ਬਹੁਤ ਬਹੁਤ ਧੰਨਵਾਦ। Sir, do you ever have your permission to talk for just one minute? Sure, ma'am. Sure. Mr. Mehta, can I just say something with your permission? After permission to put together a few minutes. Thank you. Yes, script mein paar nahi tha, ye program ka hissa nahi hai. Lekin I am a teacher. Aur thoda sa discipline mein main believe karti hu. Aapko nahi maalum bachchon ki kitni mehnat ke saath hum log ne koi haal kiya hai. It's not easy. Aapko to Google karke to friends of Rotary Club, to parents, guests, and above all, a
very problem that you need to dear children. I just mentioned that I am a principal who believes a little more than others in perfect discipline, and I will wait for everybody to settle down before I talk. So all the children, the boys who have just stepped in, please settle up. Take your seats quickly. Settle up. I'm waiting for the boy who is looking for a seat. Come on, settle up quickly. Find a chair. Thank you. Puneet, just help them to sit. Thank you very much. I won't speak for long, but I demand your attention for the 3-4 minutes I'm going to speak here. First of all, a very, very big thank you to the Rotary Club for giving Delhi Public School an opportunity to partner with them. We are very new, we are very young, we are infants, and Rotaries are like the grandparents of the city. So for you to handhold us and engage us and to have us become a partner in your initiative, we feel humbled, we feel honored, and we thank you. Between the Rotary and the philosophy of Delhi Public School, for which I stand here, there is a lot of sync, there is a lot of alignment, there is a lot of commonality. And that commonality is the spirit of service, the spirit of philanthropy, the spirit of doing well for the community. And that's where Rotary and Delhi Public School have a common vision. I got particularly excited because of sports. I have myself been a sports person. I played hockey at the national level. So for me, sports is very, very, very important. Those of you who have any time a chance to speak to my old students or staff members, you will know that for me, sports is a religion. मैं मेरे को बहुत सारे लोग बोलते हैं, बहुत बहुत लोग कहते हैं मैंने कि मैं बहुत quick decisions लेने में, I take decisions very, very fast. Let me tell you, this quality of taking quick decisions did not come to me from classrooms. Did not come to me from studying maths and science, although I was a topper, even academically I topped, I came 15th All India rank in my CBSE exams. But that aside, this thing about quick decision making, I did not learn in the classrooms. I learned it on the sports field. Because when you are playing hockey and you have the ball with you, within a fraction of a second you have to decide whether you want to pass it to your left side or you want to pass it to the right or you want to shoot it straight into the goal. And that's where these important lessons are learned. That's how it becomes a part of your personality. So all of you sports people, those children who are here to register, I congratulate you. And I congratulate the parents who have given you the opportunity and encouraged you to participate in this sports event. Never mind whether you win or lose. That's secondary. That's secondary. You win only when you give it enough. You know, in sports, when they say that I don't have sit-ups, I don't have my sit-ups when I start to give my sit-ups. If I have 4 sit-ups without a pain, then that is 0. When I start to give my sit-ups, then I start to give 1, 2, 3. Bishan Singh Bedi is a very close friend. And when he came to talk to my children in one of my schools, he told them, he said, I was so bowling that I started to give my model at night and my mother was doing my mother. सारा दिन 10-10 घंटे में बोलिंग करता था, 12-12 घंटे में बोलिंग करता था। तो अगर इफ वी वांट टू रीच अ लेवल, अभी मनोज जी आपको शायद बताएंगे कि उन्होंने कितनी तपस्या करी होगी टू रीच मेडल्स तो सबको दिखते हैं, लेकिन आई ऑलवेज से मेडल्स आर नॉट मेड ऑफ गोल्ड, दे आर मेड ऑफ एन अलॉय कॉल्ड डेडिकेशन कमिटमेंट, दैट्स व्हाट दे आर मेड ऑफ, दे आर मेड ऑफ गोल्ड, दे आर मेड ऑफ समथिंग मच मोर. So I'm very happy to see you children here. I wish you all the best.
If you win, congratulations in advance. If you don't, then also the next time. And to Rotary, thank you very much once again. And whenever there is an opportunity to partner for education, for sports, DPS Rajpura will always be privileged to join hands with Rotary. Thank you very much. God bless you. Thank you, ma'am, for your valuable words. ਹੁਣ ਮੈਂ ਸਿਰਫ ਵਾਸਤੇ ਅੱਜ ਡਿਵੀਜ਼ਨ ਵਿੱਚ ਮਨਮੋਹਨ ਕੁਮਾਰ ਤਹਿਸੀਲ ਦਾ ਸਾਲ ਵਿਕਾਈ ਉਹ ਬੈਸ ਤੇ ਆ ਕੇ ਸਾਨੂੰ ਮਿਲਣ ਦੋ ਸਤਿਕਾਰ ਮਨੋਜ ਕੁਮਾਰ ਜੀ ਪ੍ਰੈਜ਼ੀਡੈਂਟ ਮੈਂਬਰਸ ਮੀਡੀਆ ਤੇ ਸਟੂਡੈਂਟਸ ਪਿਆਰੇ ਬੱਚੇ ਅੱਜ ਜੋ ਮੇਰੇ ਕਲੱਬ ਵੱਲੋਂ ਸਪੋਰਟਸ ਮੀਟ ਮੈਰਾ ਕਾਰਜ ਲਾਇਆ ਗਿਆ ਹੈ ਉਸ ਦੀ ਮੈਂ ਰੋਟੇਰੀਅਨ ਨੂੰ ਵਧਾਈ ਦਿੰਦਾ ਹਾਂ ਅਤੇ ਨਾਲ ਹੀ ਬੱਚਿਆਂ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇਹਨਾਂ ਵਿੱਚ ਪਾਰਟੀਸਪੇਟ ਕਰਨਾ ਹੈ ਜਿੱਤ ਹਾਰ ਹਰ ਇੱਕ ਦੀ ਹੁੰਦੀ ਹੈ ਪਰੰਤੂ ਪਾਰਟੀਸਪੇਸ਼ਨ ਤੌਰ 'ਤੇ ਜ਼ਰੂਰੀ ਹੈ ਅੱਜ ਦੇ ਯੁੱਗ ਵਿੱਚ ਜਿਸ ਤਰ੍ਹਾਂ ਕਰੋਨਾ ਮਹਾਂਮਾਰੀ ਚੱਲ ਰਹੀ ਹੈ ਉਸ ਯੁੱਗ ਵਿੱਚ ਪਾਰਟੀਸਪੇਟ ਈਵੈਂਟ ਕਰਾਉਣੇ ਬੜੀਆਂ ਮੁਸ਼ਕਲ ਹਨ ਇਹਨਾਂ ਨੂੰ ਮੈਂ ਬਹੁਤ ਹੀ ਜ਼ਿਆਦਾ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਨੇ ਇਹ ਈਵੈਂਟ ਕਰਾ ਕੇ ਬੱਚਿਆਂ ਦੀ ਹੌਸਲਾ ਦੇ ਰਹੀ ਹੈ ਅਤੇ ਨਾਲ ਹੀ ਮੈਂ ਡੈਸ਼ 'ਤੇ ਬੈਠੇ ਸਾਰੇ ਹੀ ਜਗਤੀ ਨੂੰ ਜੀਆਂ ਵੀ ਆਖਦਾ ਹਾਂ ਅਤੇ ਨਾਲ ਹੀ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਕਿ ਡਿਸਿਪਲਿਨ 'ਚ ਰਹਿ ਕੇ ਆਪਣਾ ਇਸ ਈਵੈਂਟ 'ਚ ਭਾਗ ਲੈ ਜਾਵੇ ਅਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਅੱਗੇ ਜਾਣ ਤੋਂ ਪਹਿਲੇ ਮੈਂ ਇੱਕ ਵਾਰ ਸਾਰੇ ਬੱਚਿਆਂ ਨੂੰ ਜਾਂ ਸਾਡੇ ਜੋ ਰੋਟੇਰੀਅਨਸ ਹੈਗੇ ਉਹਦੇ ਵਾਸਤੇ ਅਸੀਂ ਸਪੈਸ਼ਲ ਥੈਂਕਸ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਪਰਿਵਾਰ ਦੇ ਮੈਂਬਰ ਨੇ ਰੋਟੇਰੀਅਨ ਜੋਗਿੰਦਰ ਕਾਸ਼ਰ ਜੀ ਨੇ ਰੋਟੇਰੀਅਨ ਆਪਣੇ ਸਹੀ ਸੋਨੀ ਜੀ ਨੇ ਲਾਲਾ ਜੀ ਨੇ ਈਵਨ ਸਾਡੇ ਦਇਆ ਸਿੰਘ ਜੀ ਨੇ ਪੰਜਾਬ ਸੰਦੀਪ ਚੌਧਰੀ ਜੀ ਨੇ ਮੀਡੀਆ ਸਰ ਤੋਂ ਨੇ ਲੇਕਿਨ ਸਾਡੇ ਵਾਸਤੇ ਹਰ ਅਲੱਗ ਮੋਟੋ ਤੋਂ ਮੋਟਾ ਲਾ ਕੇ ਖੜੇ ਨੇ ਤੋ ਇਹਨਾਂ ਸਾਰਿਆਂ ਨੂੰ ਇਸ ਰੈਂਕ ਨੂੰ ਆਗਾਜ਼ ਕਰਨ ਦਾ ਉਹ ਸਾਨੂੰ ਇਹਨਾਂ ਨੇ ਹੈਗਾ ਵੀ ਇਹਨਾਂ ਸਾਰਿਆਂ ਦੇ ਮਿਹਨਤ ਸਤਿਕਾਰ ਜਿਹੜਾ ਹੈਗਾ ਸੀ ਇਹ ਇਵੈਂਟ ਦੇ ਵਿੱਚ ਆ ਕੇ ਬਹੁਤ ਅੱਛਾ ਇਵੈਂਟ ਹੋ ਗਿਆ ਆਪਣੇ ਇਲਾਕੇ ਦੇ ਵਿੱਚ ਤੋ ਬਹੁਤ ਬਹੁਤ ਥੈਂਕ ਯੂ ਹੁਣ ਮੈਂ ਰਿਕੁਐਸਟ ਕਰੂੰਗਾ ਜੋ ਸਾਡੇ ਜਿਹੜੇ ਚੀਫ ਗੈਸਟ ਨੇ ਮਨੋਜ ਕੁਮਾਰ ਜੀ ਓਲੰਪੀਅਨ ਬੋਕਸਰ ਇਹਨਾਂ ਨੂੰ ਰਿਕੁਐਸਟ ਕਰੂੰਗਾ ਵੀ ਕਹਿ ਲਈ ਉਹ ਬੈਸਟ ਦੇ ਆ ਕੇ ਸਾਡੇ ਨਾਲ ਦੋ ਵਾਰ ਸਾਹਮਣੇ ਉੱਥੇ ਕਰ ਲਈ ਉੱਥੇ ਮਸਤ ਮੰਚ ਮੀਡੀਆ ਸਾਥੀ ਸਭੀ ਖੇਡ ਪ੍ਰਤਿਭਾਗੀ ਵੈ ਸਭੀ ਦਰਸ਼ਕ ਸਭੀ ਕੋ ਬੋਕਸਰ ਮਨੋਜ ਕੁਮਾਰ ਜੀ ਰਾਮ ਰਾਮ ਸਤਿ ਸ੍ਰੀ ਅਕਾਲ ਮੈਂ ਜ਼ਿਆਦਾ ਨਹੀਂ ਥੋੜ੍ਹੇ ਬਹੁਤ ਇੱਕ ਅੱਛੀ ਬਾਤ ਬਤਾਉਂਦਾ ਆਪਕੋ ਜਬ ਹਮਨੇ ਸਪੋਰਟਸ ਸਟਾਰਟ ਕੀਆ ਥਾ ਤੋ ਦੁਨੀਆ ਕੇ ਸਪੋਰਟਸ ਦੀ ਸਪੈਸ਼ਲੀ ਇੰਡੀਆ ਗਾਉਂ ਮੇ
ਸ਼ਹਿਰਾਂ ਦੇ ਕਿ ਪੜ੍ਹੋਗੇ ਲਿਖੋਗੇ ਤੋ ਬਣੋਗੇ ਯੁਵਾ, ਖੇਲੋਗੇ ਕੁੱਦੋਗੇ ਤੋ ਹੋਵੋਗੇ ਖਿਡਾ। ਲੇਕਿਨ ਅੱਜ ਕੇ ਦਿਨ ਐਸਾ ਨਹੀਂ, ਖੇਲ ਇੱਕ ਐਸਾ ਮਾਨ ਸਨਮਾਨ ਦਿਲਾਤਾ ਹੈ ਜੋ ਹਮੇ ਕੋਈ ਵੀ ਨਹੀਂ ਦਿਲਾ ਸਕਦਾ। ਦੁਨੀਆ ਦੇ IPS IAS ਬੜੇ ਬੜੇ ਡਾਕਟਰ ਕੋਈ ਨਹੀਂ ਜਾਣ ਪਾਉਂਦੇ, ਲੇਕਿਨ ਇੱਕ ਖਿਡਾਰੀ ਜਦ ਪੂਰੇ ਵਰਲਡ ਵਿੱਚ ਜਿੱਤਦਾ ਹੈ ਤੋ ਆਪਣੇ ਦੇਸ਼ ਦਾ ਤਿਰੰਗਾ ਉਸਕੀ ਪਹਿਚਾਣ ਪੂਰੇ ਵਰਲਡ ਨੂੰ ਕਰਾਤਾ ਹੈ ਔਰ ਉਸਕੇ ਸਾਥ ਉਸਕੀ ਪਹਿਚਾਣ ਪੂਰੇ ਵਰਲਡ ਨੂੰ ਹੋਤੀ ਹੈ। ਤੋ ਇਹ ਖੇਲ ਹੀ ਹੈ ਇੱਕ ਐਸਾ ਸਾਧਨ ਆਪਣੇ ਪਾਸ ਜਿਸ ਸੇ ਆਪ ਪੂਰੇ ਵਰਲਡ ਕਾ ਨਾਮ ਕਮਾ ਸਕਤੇ ਹੈ। ਲੇਕਿਨ ਉਸ ਖੇਲ ਲਈ ਆਪਕੋ ਸਪੋਰਟਸ ਐਜ ਏ ਫਿਊਚਰ ਕੈਰੀਅਰ ਐਜ ਏ ਫਿਊਚਰ ਆਪਕੋ ਚੁਣਨਾ ਪੜੇਗਾ। ਯੇ ਜੇ ਕਿ ਆਪ ਆਏ ਖੇਲ ਕਰ ਸਕਦੀ ਹੈ, ਪਹਿਲੇ ਤਾਂ ਐਸੀ ਸੋਚ ਕਿ ਬੱਚੇ ਨੂੰ ਪਾਰਟੀਸਪੇਟ ਕਰਾਤੇ ਤੇ ਮਾਤਾ ਪਿਤਾ ਔਰ ਪੜ੍ਹਾਈ ਦੀ ਤਰਫ ਧਿਆਨ ਕਰਵਾ ਦਿੰਦੇ ਸੀ। ਲੇਕਿਨ ਅੱਜ ਦੇ ਦਿਨ ਆਪ ਸਪੋਰਟਸ ਕੋ ਅਗਰ ਇਹ ਲੋਗੇ ਤੋ ਆਪਕੀ ਲਾਈਫ ਸਕਸੈਸ ਹੈ, ਸਾਥ ਮੇ ਮਾਨ ਸਨਮਾਨ ਹੈ ਜਿਸ ਸੇ ਆਪਕੋ ਪੂਰੇ ਦੇਸ਼ ਮੇ ਮਾਨ ਸਨਮਾਨ ਮਿਲੇਗਾ, ਵਰਲਡ ਮੇ ਮਾਨ ਸਨਮਾਨ ਮਿਲੇਗਾ। ਸਬਸੇ ਬੜੀ ਬਾਤ ਆਪਕੇ ਖੇਤਰ ਮੇ ਵੈਸੇ ਤੋ ਦੁਨੀਆ ਹੈ, ਲੇਕਿਨ ਆਪਕੋ ਜੋ ਮਾਨ ਸਨਮਾਨ ਮਿਲੇਗਾ ਇੱਕ ਸਵਰਨ ਪਦਕ ਵਿਜੇਤਾ ਹੋਣੇ ਕੇ ਬਾਅਦ। ਲੇਕਿਨ ਉਸਕੇ ਲਈ ਆਪਕੋ ਇੱਕ ਏਮ ਰੱਖਣਾ ਪੜੇਗਾ, ਇੱਕ ਗੋਲ ਰੱਖਣਾ ਪੜੇਗਾ। ਆਪ ਦੇਖਦੇ ਹੋ ਜਿਤਨੇ ਵੀ ਓਲੰਪਿਕ ਚੈਂਪੀਅਨ ਹੈ, ਵਰਲਡ ਚੈਂਪੀਅਨ ਹੈ, ਉਹ ਐਸੇ ਹੀ ਨਹੀਂ ਬਣਦੇ। ਬਚਪਨ 'ਚ ਉਹ 5-6 ਸਾਲ ਦੀ ਉਮਰ 'ਚ ਖੇਡਣਾ ਸਟਾਰਟ ਕਰਦੇ ਨੇ ਔਰ ਉਸੀ ਉਮਰ 'ਚ ਆਪਣਾ ਲਕਸ਼ਿਆ ਰੱਖਦੇ ਹੈ। ਜੈਸੇ ਮੈਂ ਜਦ 8 ਸਾਲ ਦਾ ਤਾਂ ਤੋ ਮੈਂ ਸਪੋਰਟਸ ਮੇ ਆਇਆ, ਮੇਰੇ 2 ਸਾਲ ਦਾ ਜਿਹੜੀ ਕੀ, ਲੇਕਿਨ ਉਸਕੇ ਬਾਅਦ ਬੜੇ ਬਾਲ ਜਿਹੜੇ ਬੋਕਸਰ ਥੇ ਮੈਨੇ ਉਨਕੋ ਦੇਖ ਦੇਖ ਕੇ ਬੋਕਸਿੰਗ ਕੀ ਨਜ਼ਰ ਕੀ ਔਰ ਵੈਸੇ ਹੀ ਮੈਂ ਦੇਖ ਦੇਖ ਕੇ ਉਨਕੋ ਬੋਕਸਿੰਗ ਸਿੱਖ ਗਿਆ। ਲੇਕਿਨ ਉਹਨੇ ਬੋਕਸਿੰਗ ਸਿਖਾਉਣੇ ਸੇ ਪਹਿਲੇ ਮੈਨੂੰ ਇਹ ਬੋਲਾ ਨਾ ਕਿ ਮੈਂ ਬੋਕਸਰ ਆ, ਬੋਕਸਿੰਗ ਆਪਕੋ ਤਭੀ ਸਿਖਾਊਂਗਾ ਜਬ ਆਪ ਓਲੰਪਿਕ ਮੇ ਵਿਜੇਤਾ ਬਣੋਗੇ। ਯੇ ਓਲੰਪਿਕ ਖੇਲ ਸਬਸੇ ਬੜੇ ਖੇਲ ਹੋਤੇ ਹੈ ਔਰ ਆਪਕੋ ਯਹਾਂ ਤੱਕ ਜਾਣਾ ਹੈ, ਤਬ ਮੈਂ ਬੋਕਸਿੰਗ ਸਿਖਾਊਂਗਾ। ਬਚਪਨ ਮੇਂ ਮੁਝੇ ਟਾਰਗੇਟ ਕੀਆ ਥਾ ਔਰ ਮੈਨੇ ਉਸੀ ਸੰਘਰਸ਼ ਕੀਆ ਥਾ, ਤਬ ਸੇ ਮੇਰੇ ਬੜੇ ਭਾਈ ਕਾ ਜੋ ਕੋਸ਼ਿਸ਼ ਸਾਹਿਬ ਮੇਰੇ ਸਾਥ ਥਾ, ਉਹ ਇੱਕ ਗੁਰੂ ਸ਼ਿਸ਼ਯ ਕਾ ਰਿਸ਼ਤਾ ਹੋ ਚੁੱਕਾ ਥਾ। ਮੈਂ ਆਪ ਨੂੰ ਜੇ ਕੋਸ਼ ਸਾਹਿਬ ਕਹਿ ਰਿਹਾ ਹੂੰ, ਜਿਸ ਦੀ ਵਸ਼ ਜੇ ਉਹਨਾਂ ਨੇ ਮੁਝੇ ਸਿਖਾਇਆ, ਬੱਚੇ ਮੈਂ ਕੋਸ਼ ਸਾਹਿਬ ਵੀ ਕਹਿ ਰਿਹਾ ਹੂੰ, ਕਿਉਂਕਿ ਗੁਰੂ ਕਾ ਸਨਮਾਨ ਦੇਖਾ ਨਾ, ਕਿਉਂਕਿ ਉਹਨਾਂ ਨੇ ਬਚਪਨ ਸੇ ਮੇਰਾ ਓਲੰਪਿਕ ਖੇਲ ਇਸ ਲਈ ਰੱਖਾ। ਉਸ ਟਾਈਮ ਮੇ ਬਚਪਨ ਮੇ ਅਗਰ ਬੱਚੇ ਕੋ ਇਹ ਮਿਲਤਾ ਹੈ, ਉਹ ਇੱਕ ਉਭਰਤੀ ਏਜ ਹੋਤੀ ਹੈ ਜਦ ਗਰੋਥ ਰੱਖਦਾ ਹੈ ਬੱਚਾ, ਤੋ ਉਸਕੀ ਕੈਚਿੰਗ ਪਾਵਰ ਬਹੁਤ ਫਾਸਟ ਹੋਤੀ ਹੈ। ਜਬ ਮੈਨੇ ਬਚਪਨ ਮੇ ਗੇਮ ਚੁਣਾ, ਬੜੇ ਭਾਈ ਨੇ ਮੁਝੇ ਟਾਰਗੇਟ ਕੀਆ ਓਲੰਪਿਕ ਕਾ, ਤੋ ਮੇਰੀ ਸੋਚ ਬਦਲ। ਉਸਕੇ ਬੀਚ ਮੇ ਮੇਰੇ ਸਾਥ ਬਹੁਤ ਸੇ ਮਤਲਬ ਕਿ ਹਾਰ ਜੀਤ ਚਲਦੀ ਰਹੀ ਜ਼ਿੰਦਗੀ ਕੇ ਸਾਥ, ਲੇਕਿਨ ਹਮਨੇ ਕਦੇ ਹਾਰ ਨਹੀਂ ਮਾਨੀ। ਦੇਖੋ ਆਪ 10 ਸਾਲ ਦੀ ਉਮਰ ਸੇ ਬੋਕਸਿੰਗ ਕਰ ਰਹੇ ਹੈ, ਲਗਾਤਾਰ ਖੇਲਦੇ ਰਹੇ ਔਰ
फिर जाके बच्चे 10 साल गेम खेलने के बाद 12 साल गेम खेलने के बाद 12-13 साल गेम खेलने के बाद हमें 2010 में मुझे एक पहचान मिली कांग्रेस के विजेता। उस टाइम पे चैनल बना था जिस टाइम पे हमारे नामी बॉक्सर मेरे से सीनियर बॉक्सर तभी सभी मतलब कि सेमीफाइनल तक पहुंचे तो मुझे मौका मिला। उस मौके को मैंने 13 साल की मेहनत को उस चैंपियन बन के शो किया सबको, तब जाके मान सम्मान मान पहचान मुझे पूरे वर्ल्ड में मिली और मैं लगातार वर्ल्ड रैंकिंग 6 रही लगातार 2012 से 2015 तक। तो ये सब कभी हो पाया एक गाइडलाइन जरूरी है उसके लिए। मैं यहाँ पर बैठे सभी पेरेंट्स को जरूर बताना चाहूँगा कि एक सोच होती है कि सभी माता पिता बच्चे से थोप देते हैं कि ये तो ऐसा है बच्चा देखो क्या करेगा। जिंदगी में पहले माता पिता आते हैं ना कि बच्चा आता है, आप जो सिखाओगे वही बच्चा सीखेगा। प्रैक्टिकली मैं आप क्या कह हूँ, मेरे को मेरे कोच ने लक्ष्य दिया 8 साल की उम्र में एक लक्ष्य दिया था भाई ये ओलंपिक हो चुकी है और सबसे बड़ा खेल मेरा होता है, अगर यहाँ जाएगा तो मुझे सिखाऊंगा नहीं तो रहने। मैंने उस दिन संकल्प लिया, उन्होंने जो रास्ता दिखाया उस पर चला और मैं कामयाब हुआ। तो ऊपर वाला उसका साथ देता है तो सबसे दिल से मेहनत करता है। अनुशासन तो हर चीज में होता है करना भी चाहिए क्योंकि अनुशासन में आप जहाँ भी रहोगे तो एक अच्छा नाम मतलब दोगे, एक अच्छी काबिलियत मिलेगी, आप इज्जत मिलेगी, सबसे बड़ी बात है। तो माता पिता से मेरी यही रिक्वेस्ट है कि आप अपने बच्चे का भविष्य तय करोगे ना कि बच्चा खुद ये बताएगा कि मैं ये करूँगा, नहीं ये गलत है। आप जिंदगी में पहले आपको अच्छे से पता है कि आपके बच्चे की अगर पढ़ाई के साथ अगर खेल है तो वर्ल्ड का विजेता है, वर्ल्ड का राजा है, अगर खेल के साथ पढ़ाई इंक्लूड है बच्चा पढ़ेगा अच्छे से, लेकिन उसके लिए माता पिता की ड्यूटी बनती है कि बच्चे के ऊपर रहे दिन रात। मैं आपको बता दूँ मेरे दिन में मैं मेरी 30 साल से ऊपर हो गया था लेकिन आज के दिन भी मेरे को मेरे बड़े भाई आज के दिन भी बोल देते हैं जिस दिन भी फोन आता है अभी फंक्शन में आया तो इसके बाद में क्या कर फोन लगे भाई हाँ कहाँ है रास्ते में ठीक है सब सही है। तो माता पिता का भी फर्ज बनता है। मेरे माता पिता इतने एजुकेटेड नहीं थे लेकिन बड़े भाई थे, उन्होंने वो फर्ज निभाया और आज तक निभा रहे हैं, एक परिवार में एक जगह धमकी में रख रखा है। तो उसके लिए आप लोगों से भी मैं यही रिक्वेस्ट करूँगा कि अपने बच्चे का भविष्य तय कीजिए ताकि वो बच्चा कल को आपका नाम रोशन करे, आपके प्रदेश का नाम रोशन करे, आपके देश का नाम रोशन करे और आप लोगों को भी गर्व महसूस हो कि हमारे बच्चे ने हमारा सिखाया हुआ हमारा दिखाया हुआ रास्ता चुना उसमें वो आज कामयाब है। 6 साल से 20 साल तक बच्चा मेहनत करेगा तो अवश्य जिस भी फील्ड में मेहनत करेगा चाहे वो पढ़ाई हो चाहे वो IPS की तैयारी हो चाहे वो डॉक्टर की तैयारी हो चाहे वो खेल की तैयारी हो तो बच्चा 22 साल तक आपको रिजल्ट दे देगा। अगर बच्चे ने इस उम्र में 6 साल से 12 साल तक 15 साल तक आप ये बोलते रहे कि बच्चा तो ये तो बच्चा है देखते हैं क्या करेगा तो देखने में ही उम्र निकल जाएगी। 6 साल से 18-20 साल तक बच्चे का भविष्य पता चल जाता है सभी को कि हमारा बच्चा क्या रिजल्ट देगा। तो
वो आपके ऊपर डिपेंड है। अगर बच्चा एक्टिव है उसको सपोर्ट भी डालिए, अगर बच्चा माइंडली स्ट्रोंग है काफी कैच करता है रात वो सपोर्ट्स के साथ स्टडी भी कर सकता है, आईपीएस भी बन सकता है, आईएएस भी बन सकता है, प्रोडक्टिव भी बन सकता है, सब कुछ बन सकता है। लेकिन उसके लिए माता पिता का बड़ा रोल होता है, पीछे मार्गदर्शन जरूरी है, सपोर्ट जरूरी है, तो वो सब आप जरूर कीजिएगा ताकि आपके बच्चे कल को एक नाम इस दुनिया में कमाए। और वैसे तो दुनिया में दुनिया भरी बैठी है पैसों से शोहरत से सबसे, लेकिन एक इज्जत है जो इंसान साथ लेके जाता है, खाली आता है खाली आता है, लेकिन एक इज्जत है जो सारी जिंदगी चलती है, नाम रह जाता है वो नाम कभी रहेगा तो इज्जत। जय हिंद जय भारत। मैं मनोज जी को अपनी तरफ से रोटरी क्लब रायपुरा की तरफ से और रायपुरा प्रॉपर उसकी तरफ से हम ये चाहेंगे, विश करेंगे कि आप ओलंपिक में भी गोल्ड मेडल लेके अगले लेके आए, तो ऐसी दुआएं हमारी आपके साथ रहेंगी। मैं स्पेशल जो समाज जी ने कहा प्रदीप लंका रोटरी प्रदीप लंका जी मैं दौड़ा चाहता क्योंकि ये समाज सेवा रिकॉर्ड राजपुरा के रिकॉर्ड से 117 वारी 117 वारी ब्लड डोनेट कर चुके हैं, तो इन्होंने मैं सम्मान करना नंदा जी सोशल वर्क भी ने 117 वारी ब्लड डोनेट कर चुके हैं, ताली
ਮੈਂ ਬਹੁਤ ਬਹੁਤ ਥੈਂਕ ਯੂ ਮਨੋਜ ਜੀ ਤੁਹਾਡਾ ਸਾਰਿਆਂ ਨੇ ਕਿਉਂਕਿ ਸਾਡੇ ਲੋਕਾਂ ਨੂੰ ਬਹੁਤ ਥੈਂਕ ਯੂ
ਪਲੀਜ਼ ਇੰਜੋਏ ਦ ਸਕਸੈਸ ਐਂਡ ਫੈਲੋਸ਼ਿਪ। ਥੈਂਕ ਯੂ। ਕੱਲ ਗੋਵੇ ਤੁਸੀਂ ਹੋਰ ਮੈਂ ਦੁਬਾਰਾ ਤੋਂ ਤੁਹਾਡੇ ਨਾਲ ਕਹਿਣਾ ਕਿ ਕੱਲ੍ਹ ਜਿਹੜੀ ਗੇਮ ਹੈਗੀ ਉਹ ਆਫਸ਼ਲੀ ਕੱਲ੍ਹ 2 ਵਜੇ ਤੋਂ ਸਟਾਰਟ ਹੁੰਦੀ ਹੈ। 1 ਵਜੇ ਲਿਸਟ ਜਿਹੜੀ ਹੈ ਬਾਅਦ ਵਿੱਚ ਮੈਨੂੰ ਉਹਦੇ ਲਾ ਦਿੱਤੀ ਜਾਊਗੀ। ਉਸ ਤੋਂ ਬਾਅਦ ਇੱਕ ਮੁਕਾਬਲੇ ਨਾਲ ਮੈਂ ਸਾਰੇ ਖੇਤਰਾਂ ਦੇ ਮੁਕਾਬਲੇ ਕੱਲ੍ਹ 2 ਵਜੇ ਤੋਂ ਸਟਾਰਟ ਹੋਣਗੇ। ਮੈਂ ਇੱਧਰ ਕੀ ਦਿਖਾਉਂਦਾ ਆਜਾ ਯਾਰ ਇੱਕ ਮਿੰਟ ਠੀਕ ਹੈ ਹੋਰ ਬਾਈ ਤੁਸੀਂ ਬਾਹਰ ਲੈਣੀ ਇੱਕ ਮਿੰਟ ਇੱਕ ਮਿੰਟ ਸਰ ਇੱਕ ਬਾਈਟ ਲੈਣੀ ਹਾਂ ਹਾਂ ਮੇਗਾ ਵੀਕ ਦਾ ਆਗਾਜ਼ ਹੋਇਆ ਰੋਟਰੀ ਕਲੱਬ ਦੇ ਵੀ ਸਾਡੇ ਨਾਲ ਮੌਜੂਦ ਹੈ ਮਨੋਜ ਕੁਮਾਰ ਜੀ ਬਾਕਸਰ ਹੈ ਮਨੋਜ ਕੁਮਾਰ ਜੀ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਅੱਜ ਕੈਸਾ ਲਗਾ ਆਪਕੋ ਯਹਾਂ ਪੇ ਆ ਕੇ ਰੋਟਰੀ ਕਲੱਬ ਦੇਖੀਏ ਪੰਜਾਬ ਮੇ ਇੱਕ ਚੀਜ਼ ਪਹਿਲੇ ਉੱਥੇ ਤੇ ਹਰਿਆਣਾ ਸੇ ਉੱਪਰ ਤਾਂ ਪੰਜਾਬ ਖੇਲੋ ਮੇ ਲੇਕਿਨ ਅੱਜ ਕੇ ਦਿਨ ਗ੍ਰਾਫ ਡਾਊਨ ਹੈ ਤੋ ਅੱਜ ਕੇ ਦਿਨ ਪੰਜਾਬ ਮੇ ਹਰ ਕੋਈ ਸੰਗੀਤਕਾਰ ਹੈ ਸੰਗੀਤਕਾਰ ਇੱਕ ਸੇ ਇੱਕ ਹੈ ਲੇਕਿਨ ਮੈਂ ਚਾਹੂੰਗਾ ਕਿ ਇਸੀ ਤਰ੍ਹਾਂ ਖਿਲਾੜੀ ਵੀ ਇੱਕ ਸੇ ਇੱਕ ਨਿਕਲੇ ਔਰ ਖਿਲਾੜੀਓ ਕਾ ਵੀ ਜੋ ਦਰਜਾ ਹੈ ਉਹ ਬੜਾਇਆ ਜਾਏ ਸਭ ਪਹਿਲੀ ਬਾਤ ਹੈ ਹਮਾਰੇ ਪਹਿਲੇ SSP ਬੁੱਲਰ ਸਾਹਿਬ ਥੇ ਪਹਿਲੇ ਜਬ ਜਿਸ ਟਾਈਮ ਪੇ ਸਪੋਰਟਸ ਕਾ ਗ੍ਰਾਫ ਉਠਾ ਥਾ ਲੇਕਿਨ ਆਜ ਕੇ ਦਿਨ ਸਪੋਰਟਸ ਕਾ ਗ੍ਰਾਫ ਬਿਲਕੁਲ ਗਿਰਾ ਹੁਆ ਹੈ ਵੋ ਇਸੀ ਲੀਏ ਕਿਉਂਕਿ ਖਿਲਾੜੀਓ ਕੋ ਮਾਨ ਸਮਾਨ ਨਹੀਂ ਮਿਲ ਰਿਹਾ ਪੰਜਾਬ ਮੇ ਉੱਚੇ ਦਰਜੇ ਨਹੀਂ ਮਿਲ ਰਹੇ ਜੈਸੇ ਹਰਿਆਣਾ ਮੇ ਗਸ਼ਟਿਡ ਪੋਸਟ ਸੇ ਸਨਮਾਨਿਤ ਕੀਆ ਜਾਤਾ ਹੈ ਖਿਲਾੜੀ ਕੋ ਔਰ ਅੱਛੀ ਇਨਾਮ ਰਾਸ਼ੀ ਦੀ ਜਾਤੀ ਹੈ ਤਾਂ ਕਿ ਉਸਕਾ ਜੋ ਸਟਰਗਲ ਹੈ ਮਿਹਨਤ ਹੈ ਕਾਮਯਾਬੀ ਹੈ ਵੋ ਉਸਕੇ ਸਾਥ ਸਾਥ ਫਾਈਨੈਂਸ਼ਲੀ ਵੀ ਸਟਰੋਂਗ ਹੋ ਤੋ ਲੇਕਿਨ ਪੰਜਾਬ ਮੇ ਐਸਾ ਨਹੀਂ ਦੇਖਣੇ ਕੋ ਮਿਲਤਾ ਖਿਲਾੜੀ ਮੈਡਲ ਜਿੱਤੇ ਹੈ ਲੇਕਿਨ ਨਾ ਹੀ ਉਨਕੋ ਪਦ ਦਿਆ ਜਾਤਾ ਹੈ ਨਾ ਹੀ ਸਨਮਾਨ ਦਿਆ ਜਾਤਾ ਹੈ। ਰੋਟਰੀ ਕਲੱਬ ਮੇ ਆ ਕੇ ਕੈਸਾ ਲੱਗ ਰਿਹਾ ਹੈ ਜਾਂ ਯਹਾਂ ਪੇ ਮੇਗਾ ਸਪੋਰਟਸ ਵੀਕ ਕਾ ਆਪਨੇ ਆਗਾਜ਼ ਕੀਆ ਯਹਾਂ ਪੇ? ਮੁਝੇ ਬਹੁਤ ਅੱਛਾ ਲਗਾ ਯਹਾਂ ਪੇ ਦੇਖੀਏ ਛੋਟੇ ਬੱਚੇ ਹੈ ਯਹਾਂ ਪਰ ਖੇਲੇ ਹੈ ਔਰ ਉਨਕੋ ਕੁਛ ਨਾ ਕੁਛ ਪ੍ਰੇਰਣਾ ਮਿਲੀ ਹੋਗੀ ਮੈਨੇ ਜੋ ਆਪਣੇ ਐਕਸਪੀਰੀਅੰਸ ਸ਼ੇਅਰ ਕੀਆ ਉਨਸੇ ਔਰ ਮੁਝੇ ਉਮੀਦ ਹੈ ਕਿ ਇਨ ਫਿਊਚਰ ਉਨਮੇ ਸੇ ਕੋਈ ਨਾ ਕੋਈ ਓਲੰਪੀਅਨ ਵਰਲਡ ਚੈਂਪੀਅਨ ਇੱਕ ਨਾਮੀ ਖਿਲਾੜੀ ਜ਼ਰੂਰ ਬਣੇਗਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਇਹ ਸੀਗੇ ਮਨੋਜ ਕੁਮਾਰ ਜੀ ਬਾਕਸਰ ਗਏ ਸੀਗੇ ਸਾਡੇ ਨਾਲ ਪ੍ਰਦੀਪ ਨੰਦਾ ਜੀ ਮੌਜੂਦ ਹੈ। ਪ੍ਰਦੀਪ ਨੰਦਾ ਜੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ? ਅੱਜ ਰੋਟਰੀ ਕਲੱਬ ਰਾਜਪੁਰਾ ਵੱਲੋਂ ਰਾਕੇਸ਼ ਮਹਿਤਾ ਦੀ ਪ੍ਰਧਾਨਗੀ ਹੇਠ ਜੋ ਇਹ ਮੈਗਾ ਸਪੋਰਟਸ ਵੀਕ ਮਨਾਇਆ ਜਾ ਰਿਹਾ ਹੈ ਇਹ ਬਹੁਤ ਹੀ ਵੱਡਮੁੱਲੀ ਉਪਯੋਗਤਾ ਹੈ ਰੋਟਰੀ ਕਲੱਬ ਵਾਸਤੇ ਕਿਉਂਕਿ ਮੈਂ ਇਹ ਸਮਝਦਾ ਸਰਕਾਰਾਂ ਜਿੰਨੇ ਮਰਜ਼ੀ ਨਾਅਰੇ ਲਾਉਣ ਕਿ ਅਸੀਂ ਨਸ਼ੇ ਖਤਮ ਕਰ ਦਾਂਗੇ ਅਸੀਂ ਨਸ਼ਾ ਤਸਕਰੀ ਖਤਮ ਕਰ ਦਾਂਗੇ ਲੇਕਿਨ ਮੇਰੀ 40 ਸਾਲ ਦੀ ਸਮਾਜ ਸੇਵਾ ਦੀ ਮੈਂ ਇਹ ਸਮਝ ਰਿਹਾ ਕਿ ਇੱਕ ਸਪੋਰਟਸ ਹੀ ਐਸਾ ਜ਼ਰੀਆ ਹੈ ਜਿਹਦੇ ਨਾਲ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕਦਾ ਜਿਹਦੇ ਨਾਲ ਬੱਚਿਆਂ ਨੂੰ ਰਾਸ਼ਟਰੀਤਾ ਨੈਸ਼ਨਲ ਐਂਥਮ ਦੇ ਨਾਲ ਜੋੜਿਆ ਜਾ ਸਕਦਾ ਹੈ ਅਤੇ ਉਹਨਾਂ ਨੂੰ
ਇਹ ਜਿਹੀ ਸ਼ਿਕਸ਼ਾ ਦਿੱਤੀ ਜਾ ਸਕਦੀ ਹੈ ਕਿ ਉਹ ਗਲਤ ਕੰਮਾਂ 'ਚ ਨਾ ਪੈਣ, ਸਹੀ ਕੰਮਾਂ 'ਚ ਲੱਗ ਕੇ ਆਪਣੇ ਨਾਂ, ਆਪਣੇ ਪਰਿਵਾਰ ਦਾ ਨਾਂ, ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ। ਧੰਨਵਾਦ ਜੀ ਬਹੁਤ ਬਹੁਤ। ਅਤੇ ਅੱਜ ਜਿਹੜਾ ਹੈ ਰੋਟਰੀ ਕਲੱਬ ਦੇ ਵਿੱਚ ਮੇਗਾ ਸਪੋਰਟਸ ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਇਹ ਪੂਰਾ ਹਫ਼ਤਾ ਜਿਹੜਾ ਹੈ ਰੋਟਰੀ ਕਲੱਬ ਦੇ ਵਿੱਚ ਗੇਮਸ ਚੱਲਣਗੀਆਂ, ਇਹਦੀ ਸਮਾਪਤੀ ਜਿਹੜੀ ਹੋਏਗੀ DPS ਸਕੂਲ ਗਿਆਨ ਸਾਗਰ ਦੇ ਕੋਲ ਉੱਥੇ ਕੀਤੀ ਜਾਏਗੀ। ਅਤੇ ਹੁਣ ਦੇਖਣਾ ਇਹ ਹੋਏਗਾ ਕਿ ਇਹ ਆਉਣ ਵਾਲਾ ਸਮਾਂ ਰੋਟਰੀ ਕਲੱਬ ਵਾਸਤੇ ਕਿਸ ਤਰ੍ਹਾਂ ਦਾ ਲੱਗਦਾ ਹੈ, ਸਪੋਰਟਸ ਵੀ ਕਿੰਨਾ ਰੋਟਰੀ ਕਲੱਬ ਦੇ ਵਿੱਚ ਕਾਮਯਾਬ ਹੁੰਦਾ ਹੈ। ਤੁਸੀਂ ਲਾਈਵ ਜੁੜੇ ਹੋਏ ਸੀਗੇ, ਮੈਂ ਸੰਦੀਪ ਚੌਧਰੀ, ਮੇਰੇ ਨਾਲ ਮੇਰਾ ਸਹਿਯੋਗੀ ਲਲਿਤ ਕੁਮਾਰ ਕੈਮਰਾਮੈਨ, ਅਤੇ ਆਪਾਂ ਦਿਖਾ ਰਹੇ ਸੀ ਤੁਹਾਨੂੰ ਰੋਟਰੀ ਕਲੱਬ ਤੋਂ ਲਾਈਵ। ਅਤੇ ਹੁਣ ਦਿਓ ਇਜਾਜ਼ਤ, ਆਪਾਂ ਫੇਰ ਮਿਲਾਂਗੇ, ਕੋਸ਼ਿਸ਼ ਕਰਾਂਗੇ ਤੁਹਾਨੂੰ ਰੋਟਰੀ ਕਲੱਬ ਦੇ ਇਸ ਮੈਗਾ ਸਪੋਰਟਸ ਜਿਹੜਾ ਵੀਕ ਹੈ ਉਹ ਪੂਰਾ ਲਾਈਵ ਦਿਖਾਉਣ ਦੀ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ। ਜੈ ਹਿੰਦ।